अपनी घरवाली दे नाल कनेडा गए पंजाबी नौजवान दी दिल दा दौरा पैण दे कारण मौत हो जाण दी मंदभागी खबर सामने आ रही है। मौत दी खबर सुनदिया ही मां दा रो रो के बुरा हाल होया पिया। नवजोत 7 महीने पहला अपनी पत्नी रमनदीप कौर दे नाल कनेडा गया सी। शुक्रवार सवेरे नवजोत अपने घरदिया नाल फोन उत्ते गल कर रहा हुंदा है, जिस तो बाद वह बाथरूम दे विच इशनान करन दे लई जांदा है, पर काफी समा जदों वह बाथरूम दे विचों बाहर नहीं निकलता तां उसकी पत्नी दे वलों अंदर जाके वेख्या जांदा है तां नवजोत मृतक हालत दे विच बाथरूम दे विच ही पिया हुंदा है। दस्या जांदा है कि नवजोत की मौत दिल का दौरा पैण दे कारण हुई है। जदों उसकी पत्नी रमनदीप ने इसकी सूचना पिंड ढोटियां दी रहण वाली अपनी माता जसबीर कौर नूं दित्ती तां उह बेहोश हो गई। दस दिए कि हुण परिवार नवजोत दी लाश दा इंतजार कर रहा है। ਜਿਹੜਾ ਪੁੱਤਰ ਤੁਹਾਡਾ ਕੈਨੇਡਾ ਗਿਆ ਸੀ, ਕਿਵੇਂ ਤੁਹਾਨੂੰ ਪਤਾ ਲੱਗਾ ਉਸਦੀ ਮੌਤ ਦਾ ਸਮਾਚਾਰ, ਕਿਸ ਵੱਲੋਂ ਦਿੱਤਾ ਗਿਆ ਤੁਹਾਨੂੰ? ਨਹੀਂ ਤੇ ਕਾਹ ਰਿਸ਼ਤੇ ਤੋਂ ਉਹਦੀ ਭੂਆ ਕੋ ਗਏ ਹੋਏ ਗਏ ਰਣਜੀਤ ਸਿੰਘ ਗਏ ਗੁਰਸ਼ਰਨ ਨੇ ਸਾਨੂੰ ਜਾ ਕੇ ਉਹਨਾਂ ਖਬਰ ਦਿੱਤੀ। ਆਖਰੀ ਵਾਰੀ ਕਦੋਂ ਗੱਲ ਹੋਈ ਸੀ ਤੁਹਾਡੀ? ਆਖਰੀ ਵਾਰ ਮੇਰੀ 2 ਦਿਨ ਪਹਿਲਾਂ ਹੋਈ। ਠੀਕ ਠਾਕ ਸੀ ਉਦੋਂ ਕਹਿੰਦੇ? ਹਾਂ ਬਿਲਕੁਲ ਠੀਕ ਹੈ। ਕੱਲ੍ਹ ਸਵੇਰ ਮੇਰੀ ਮੈਨੂੰ ਨਾ ਹੋਈ ਗੱਲ, ਉਹਨੇ ਕੁਛ ਨਹੀਂ ਦੱਸਿਆ, ਉਦੋਂ ਵੀ ਠੀਕ ਸੀਗਾ। ਕੀ ਮੰਗ ਕਰਦੇ ਜੋ ਸਰਕਾਰ ਪਾਸੋਂ? ਮੈਂ ਸਰਕਾਰ ਪਾਸੋਂ ਮੰਗ ਕਰਦੀ ਮੇਰਾ ਮੁੰਡਾ ਹੋਣਾ ਚਾਹੀਦਾ, ਮੇਰਾ ਪੁੱਤ ਮੈਨੂੰ ਮਿਲਣਾ ਚਾਹੀਦਾ ਜੇਤੀ, ਮੇਰਾ ਪੁੱਤ ਜੇਤੀ ਮਿਲਣਾ ਚਾਹੀਦਾ ਆ, ਮੇਰਾ ਨਾਮ ਆਉਣਾ ਚਾਹੀਦਾ ਆ। फोन आया जी उधरों बाहरों, साढ़े उत्थे रिश्तेदार होर भी जिहड़े उह सारे इन्हां नाल ही रहिंदे ने, उन्हां फोन करके दस्सिया। इन्हां दे मैसेज भी उत्थे ही ने। किन्ना चिर पहिलां गया जी? इह कुछ 7 महीने पहिलां दी गल है जी। मैरिज 1.5 साल होया, ਉਦੋਂ ਬਾਅਦ 'ਚ ਫਿਰ ਉਹਨਾਂ ਨੇ ਘਰਦਿਆਂ ਨੇ ਵੀਜ਼ਾ ਅਪਲਾਈ ਕੀਤਾ ਸੀ। ਬੋਡੀ ਪੰਜਾਬ ਮੰਗਵਾਉਣ ਵਾਸਤੇ ਕੀ ਮੰਗ ਕਰਦੇ? ਭਾਰਤ ਸਰਕਾਰ ਕੜੀ ਇਹੀ ਡਿਮਾਂਡ ਕਰਦੇ ਆ ਵੀ ਮਤਲਬ ਜਿਹੜੀ ਬੋਡੀ ਲਿਆਉਣੀ ਉਹਦੇ ਵਿੱਚ ਸਾਡਾ ਜਿਹੜਾ ਸਹਿਯੋਗ ਕੀਤਾ ਜਾਵੇ ਕੈਨੇਡਾ ਸਰਕਾਰ ਨਾਲ ਰਲ ਕੇ, ਅਤੇ ਜਲਦੀ ਤੋਂ ਜਲਦੀ ਜਿਹੜਾ ਮ੍ਰਿਤਕ ਸਰੀਰ ਉਹ ਇੱਥੇ ਪੰਜਾਬ ਪਹੁੰਚੇ। ਭਾਅ ਜੀ ਮੇਰਾ ਨਾਮ ਰਣਜੀਤ ਸਿੰਘ ਆ, ਮੇਰਾ ਬੜਾ ਦਿਨ ਲਾਓ ਸੀ ਉਹ। ਹਾਂਜੀ, ਜਿਹੜਾ ਇਹ ਮੌਤ ਦੀ ਤੁਹਾਨੂੰ ਕਿਵੇਂ ਪਤਾ ਲੱਗਾ ਜੀ? ਭਾਅ ਜੀ ਆਪਣੇ ਕੋਲ 11 ਵਜੇ ਦਾ ਸਮਾਂ ਸੀ ਸਵੇਰ ਦਾ ਕੱਲ੍ਹ ਦਾ, ਅਤੇ ਮੈਂ ਸ਼ੌਪ 'ਤੇ ਬੈਠਾ ਅਤੇ ਉੱਧਰੋਂ ਹੀ ਫੋਨ ਆਇਆ ਉਹਦੀ ਵਾਈਫ ਦਾ, ਕਹਿੰਦੇ ਭਾਅ ਜੀ ਆਹ ਗੱਲ ਹੋ ਗਈ, ਤੁਸੀਂ ਹੋਸਪਿਟਲ ਲੈ ਕੇ ਚੱਲੇ ਹਾਂ। ਅਤੇ ਭਾਅ ਜੀ ਜਾਂਦਿਆਂ ਨੂੰ ਹੋਸਪਿਟਲ ਵਾਲਿਆਂ ਨੇ ਉਹਨਾਂ ਨੇ ਐਡਮਿਟ ਨਹੀਂ ਕੀਤਾ, ਉਹ ਜਾਂਦਿਆਂ ਹੀ ਡੈਥ ਹੋ ਗਈ ਆ। ਮਤਲਬ ਉੱਧਰ ਰਾਤ ਹੀ ਕੰਮ ਤੋਂ 2 ਵਜੇ ਇਕੱਠੇ ਆਏ ਸੀ, ਅਤੇ ਵਾਈਫ ਕਹਿੰਦੀ ਕਿ ਖਾਣਾ ਬਣਾ ਲਈਏ, ਅਤੇ ਉਹ ਕਹਿੰਦਾ ਚੱਲ ਮੈਂ ਪਹਿਲਾਂ ਨਹਾਲਾਂ ਤੂੰ ਤਿਆਰੀ ਕਰ ਫਿਰ ਖਾਣਾ ਇਕੱਠਾ ਬਣਾ ਲੈਂਦੇ ਹਾਂ। ਅਤੇ ਭਾਅ ਜੀ ਕੱਪੜੇ ਲਾਹ ਰਿਹਾ ਸੀ ਹਲੇ, ਅਜੇ ਵਾਸ਼ਰੂਮ ਦਾ ਬੂਹਾ ਵੀ ਖੁੱਲ੍ਹਾ ਸੀ, ਕੱਪੜੇ ਲਾਹ ਕੇ ਵਾਸ਼ਰੂਮ ਟੰਗਣ ਡਿਆ ਉੱਥੇ ਥੱਲੇ ਡਿੱਗ ਪਿਆ। ਕਿੰਨਾ ਚਿਰ ਪਹਿਲਾਂ ਕੈਨੇਡਾ ਗਿਆ? ਭਾਅ ਜੀ ਇਹਨੂੰ ਤਾਂ 8 ਮਹੀਨੇ ਹੋ ਗਏ ਸੀ ਗਏ ਨੂੰ, ਵਾਈਫ ਨੂੰ ਤਾਂ 3-4 ਸਾਲ ਹੋ ਗਏ ਕੈਨੇਡਾ ਦੇ ਵਿੱਚ, 2 ਵਾਰੀ ਵਾਪਸ ਵੀ ਆ ਗਏ ਸੀ। ਕੋਈ ਬੱਚਾ ਹੈਗਾ ਕਿ ਨਹੀਂ? ਨਹੀਂ ਬੱਚਾ ਨਹੀਂ ਸੀ ਹਲੇ ਹੈਗਾ। ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੋ? ਪ੍ਰਸ਼ਾਸਨ ਕੋਲ ਭਾਅ ਜੀ ਇਹੋ ਮੰਗ ਆ ਕਿ ਅਸੀਂ ਬੋਡੀ ਇੱਥੇ ਪੰਜਾਬ ਲਿਆਉਣਾ ਚਾਹੁੰਦੇ ਹਾਂ। ਅਸੀਂ ਇਹੋ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਕਿ ਸਾਡੀ ਜਿਹੜੀ ਜਿੰਨੀ ਵੱਧ ਤੋਂ ਵੱਧ ਹੈਲਪ ਹੁੰਦੀ ਬੋਡੀ ਲਿਆਉਣ 'ਚ, ਛੇਤੀ ਤੋਂ ਛੇਤੀ ਜਿਹੜੀ ਬੋਡੀ ਨੂੰ ਆਪਾਂ ਇੱਥੇ ਪਿੰਡ ਪਹੁੰਚਾਇਆ ਜਾਵੇ।